ਸਤਿ ਸ੍ਰੀ ਅਕਾਲ ਜੀ ਤੁਸੀਂ ਜੁੜੇ ਹੋ ਪੰਜਾਬੀ ਡੈਰੀ ਮੈਨ ਸੋਲਰ ਤੇ ਜੀਵਿੰਦਾਰਾ ਸੋਲਰ ਰਾਜਪੁਰਾ ਦੇ YouTube ਚੈਨਲ ਨਾਲ ਪੈਰਾਮੀਟਰ ਸੈਟਿੰਗ ਦੀ ਸਰਵਿਸ ਦਿੱਤੀ ਏ ਮੋਟਰ ਟ੍ਰਿਪ ਕਰਦੀ ਸੀ ਟ੍ਰਿਪ ਦਾ ਇਸ਼ੂ ਆਉਂਦਾ ਸੀ ਮੋਨੋ ਹਾਫ ਕੱਟ ਦੇ ਪੈਨਲ ਲੱਗੇ ਨੇ 13 ਪੈਨਲਾਂ ਦੇ ਨਾਲ ਸ਼ਕਤੀ ਕੰਪਨੀ ਦਾ ਇਹ ਸਿਸਟਮ ਏ 7.5 ਹੌਸਪਾਵਰ ਦੇ ਸਿਸਟਮ ਤੇ 5 ਹੌਸਪਾਵਰ ਦੀ ਮੋਨੋ ਬਲਾਕ ਮੋਟਰ ਚੱਲਦੀ ਏ ਸੋਲਰ ਸਮਰਸੀਬਲ ਦਾ ਇਹ ਸਿਸਟਮ ਏ ਪਰ ਪਾਣੀ ਉੱਤੇ ਹੋਣ ਕਰਕੇ ਕਿਸਾਨ ਵੀਰੇ ਤੇ ਮੋਨੋ ਬਲਾਕ ਮੋਟਰ ਯੂਜ਼ ਕਰਦੇ ਪਏ ਨੇ ਤੇ ਉਹਦੇ ਵਿੱਚ ਪ੍ਰੋਬਲਮ ਆਉਂਦੀ ਸੀ ਟ੍ਰਿਪ ਦਾ ਇਸ਼ੂ ਆਉਂਦਾ ਜਦੋਂ ਧੁੱਪ ਵੱਧਦੀ ਘਟਦੀ ਸੀ ਤੇ ਡਰਾਈਵ ਟ੍ਰਿਪ ਕਰ ਜਾਂਦੀ ਸੀ ਜਿਹਦਾ ਕਾਰਨ ਸੀ ਡਰਾਈਵ ਦੇ ਪੈਰਾਮੀਟਰ ਸਹੀ ਨਹੀਂ ਸਨ ਪਰਫੈਕਟ ਪੈਰਾਮੀਟਰ ਸੈਟਿੰਗ ਤੋਂ ਬਾਅਦ ਟ੍ਰਿਪ ਵਾਲੀ ਜਿਹੜੀ ਦਿੱਕਤ ਆਉਂਦੀ ਪਈ ਸੀ ਉਹ ਸੋਲਵ ਹੋ ਗਈ ਤੁਸੀਂ ਵੀ ਜੇ ਕੋਈ ਸੋਲਰ ਸਿਸਟਮ ਲਵਾਇਆ ਹੈ ਤੁਹਾਡੇ ਸੋਲਰ ਸਿਸਟਮ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸਰਵਿਸ ਪੇਡ ਹੈ ਸਰਵਿਸ ਦੇ ਤੁਹਾਡੇ ਤੋਂ ਚਾਰਜਸ ਲਏ ਜਾਣਗੇ ਪਰ ਤੁਹਾਨੂੰ ਤੁਹਾਡੇ ਸਿਸਟਮ ਦੀ ਸਮੱਸਿਆ ਦਾ ਹੱਲ ਮਿਲੇਗਾ ਜਾਂ ਫਿਰ ਤੁਹਾਡੇ ਸਿਸਟਮ ਦਾ ਪਾਣੀ ਨਹੀਂ ਪੂਰਾ ਹੋਇਆ ਇਸ ਵਾਸਤੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਨੰਬਰ ਹੈ 9814571211 ਜੇ ਤੁਹਾਨੂੰ ਇਹ ਵੀਡੀਓ ਜਾਂ ਵੀਡੀਓ ਚ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੁੜੇ ਰਹੋ ਸਾਡੇ ਨਾਲ ਵੇਖਦੇ ਰਹੋ ਪੰਜਾਬੀ ਟੈਕਨੀਕਲ YouTube ਚੈਨਲ ਪੰਜਾਬੀ ਡੈਰੀਮੈਨ ਸੋਲਰ